ਸਾਰਿਆਂ ਨੂੰ ਹੈਲੋ ਤੇ ਮੇਰੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ। ਅੱਜ ਦੀ ਇਸ ਵੀਡੀਓ 'ਚ ਅਸੀਂ ਦੇਖਾਂਗੇ ਸਿਨਿਆਰੀ ਦੀਦੀ ਵਿਆਹ ਤੋਂ ਦਾ ਪਾਰਟ 2। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਦੀ ਵਿਆਹ ਤੋਂ ਦੀ ਕਲਾਕਸ਼ਨ। ਇਹਦਾ ਸਾਈਨ ਤੁਹਾਨੂੰ ਲੈਫਟ 'ਤੇ ਸ਼ੋ ਹੋ ਰਿਹਾ ਹੈ। ਇਹਦਾ ਅਸੀਂ ਪਹਿਲਾਂ ਡੈਫੀਨੇਸ਼ਨ ਪੜ੍ਹਾਂਗੇ। ਇਲ ਸਿਨਿਆਰੀ ਦਾ ਫਿਗੂਰਾ ਤੋਂ ਸਿੱਖਿਆਵਾਂ ਦੀ ਵਿਆਹ ਤੋਂ ਦੀ ਕਲਾਕਸ਼ਨ, ਯਾਨੀ ਕਿ ਜਿਹੜਾ ਸਾਈਨ ਆ ਇਹਦਾ ਨਾਮ ਹੈ ਦੀ ਵਿਆਹ ਤੋਂ ਦੀ ਕਲਾਕਸ਼ਨ। ਕਲਾਕਸ਼ਨ ਹੁੰਦਾ ਆ ਹੋਰਨ, ਯਾਨੀ ਕਿ ਇੱਥੇ ਦਿਵਿਆ ਤੋਂ ਅਮ ਨਾਹੀ ਆ ਹੋਰਨ ਵਜਾਉਣ ਦੀ। ਇਲ ਦਿਵਿਆ ਤੋਂ ਦੀ ਕਲਾਕਸ਼ਨ ਇਨ ਦੀ ਕਲਾ ਜ਼ੋਨਾ ਇਨ ਕੁਈ ਐ ਵਿਏਤਾ ਤੋਂ ਸੁਨਾਰ ਇਲ ਕਲਾਕਸ਼ਨ, ਯਾਨੀ ਕਿ ਜਿਹੜਾ ਸਾਈਨ ਆ ਇਹ ਤੁਹਾਨੂੰ ਇਹ ਇੰਡੀਕੇਟ ਕਰ ਰਿਹਾ ਹੈ ਕਿ ਜਿਹੜਾ ਇਹ ਏਰੀਆ ਆ ਜ਼ੋਨਾ ਏਰੀਆ ਆ ਉੱਥੇ ਮਨਾਹੀ ਆ ਕਲਾਕਸ਼ਨ ਵਜਾਉਣ ਦੀ, ਇੱਥੇ ਤੁਸੀਂ ਹੋਰਨ ਨਹੀਂ ਵਜਾ ਸਕਦੇ। ਵਿਏਤਾ ਲੂਜ਼ੋ ਦਿਲ ਕਲਾਕਸ਼ਨ ਇਲ ਸਿਨਿਆਰਾ ਤੁਸੀਂ ਅਕੂਸਟਿਕ ਹੈ, ਯਾਨੀ ਕਿ ਇਹ ਕਲਾਕਸ਼ਨ ਦੀ ਮਨਾਹੀ ਦੇ ਰਿਹਾ ਹੈ, ਯਾਨੀ ਕਿ ਤੁਸੀਂ ਹੋਰਨ ਨਹੀਂ ਵਜਾ ਸਕਦੇ। ਅਤੇ ਸਿਨਿਆਰਾ ਤੁਸੀਂ ਅਕੂਸਟਿਕ ਹੁੰਦਾ ਹੈ ਜਦੋਂ ਕੋਈ ਵੀ ਆਵਾਜ਼ ਵਾਲੀ ਸਿਨਿਆਰਾ ਤੁਸੀਂ ਹੋਵੇ, ਇੰਡੀਕੇਸ਼ਨ ਹੋਵੇ ਕੋਈ ਆਵਾਜ਼ ਵਾਲੀ, ਇੱਥੇ ਤੁਸੀਂ ਨਹੀਂ ਕਰ ਸਕਦੇ। ਅਤੇ ਮਤਲਬ ਕਿ ਇੱਥੇ ਸ਼ੋਰ ਕਰਨਾ ਮਨਾ ਆ। ਉਸ ਤੋਂ ਬਾਅਦ ਇਨ ਪ੍ਰੈਜੈਂਸ ਦੇ ਸਿਨਿਆਲੇ ਦੀ ਵਿਆਹ ਤੋਂ ਦੀ ਕਲਾਕਸ਼ਨ ਐ ਪੋਸੀਬਿਲੇ ਲੂਜ਼ ਹੋਏ ਕਲਾਕਸ਼ਨ ਸੀ ਸੀ ਟ੍ਰਾਂਸਪੋਰਟਨੋ ਫੇਰੀਤੀ ਓ ਮਾਲਾਤੀ ਗ੍ਰਾਵੀ ਓ ਇਨ ਕਾਜ਼ੋ ਦੀ ਪੇਰੀਕੋਲ ਇਮੇਡੀਆਟੋ, ਯਾਨੀ ਕਿ ਜਿਹੜੇ ਸਾਈਨ ਹੁੰਦਾ ਆ ਕੁਛ ਕੇਸ ਐਸੇ ਹੈਗੇ ਆ ਜਿਹਦੇ ਵਿੱਚ ਤੁਸੀਂ ਕਲਾਕਸ਼ਨ ਵਜਾ ਸਕਦੇ ਆ, ਅਤੇ ਉਹ ਇਹ ਆ ਜਦੋਂ ਤੁਸੀਂ ਕੋਈ ਫਰੀਤੀ ਨੂੰ ਤਰਸਪੁਰਤਾਰੇ ਕਰਦੇ ਆ, ਯਾਨੀ ਕਿ ਕੋਈ ਜ਼ਖਮੀ ਹਾਲਤ ਵਿੱਚ ਹੈ ਅਤੇ ਉਹਨੂੰ ਤੁਸੀਂ ਲੈ ਕੇ ਜਾ ਰਹੇ ਆ, ਜਾਂ ਫਿਰ ਜੇ ਕੋਈ ਮੂਲ ਤੋਂ ਖਰਾਬੇ ਆ, ਯਾਨੀ ਕਿ ਕਿਸੇ ਦੀ ਜ਼ਿਆਦਾ ਸਿਹਤ ਖਰਾਬ ਆ, ਜਾਂ ਫਿਰ ਇਨ ਕਾਜ਼ੋ ਦੀ ਪੇਰੀਕੋਲ ਇਮੇਡੀਆਟੋ ਹੁੰਦਾ ਹੈ ਜਦੋਂ ਕੋਈ ਯਕਦਮ ਖਤਰਾ ਹੋਵੇ ਅਤੇ ਤੁਸੀਂ ਉਦੋਂ ਹੋਰਨ ਵਜਾ ਸਕਦੇ ਆ। ਹੁਣ ਅਸੀਂ ਇਹਨਾਂ ਦੇ ਕੁਇਟਸ ਦੇਖਾਂਗੇ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਵੇਰੋ। ਇਲ ਸਿਗਨਾਲੇ ਦਾ ਫਿਗੂਰਾਟੋ ਵਿਏਤਾ ਲੂਜ਼ੋ ਦੇ ਕਲਾਕਸ਼ਨ, ਵੇਰੋ ਇਹਦਾ ਡੈਫੀਨੇਸ਼ਨ ਹੀ ਆ। ਉਸ ਤੋਂ ਬਾਅਦ ਇਲ ਸਿਗਨਾਲੇ ਦਾ ਫਿਗੂਰਾਟੋ ਵਿਏਤਾ ਲੇ ਸਿਗਨਾਲਾਜ਼ੋਨੀ ਅਕੂਸਟਿਕੇ, ਵੇਰੋ ਯਾਨੀ ਕਿ ਇੱਥੇ ਸਿਗਨਾਲ ਅਕੂਸਟਿਕੇ ਦੀ ਮਨਾਹੀ ਆ। ਇਨ ਪ੍ਰੈਜੈਂਸ ਦੇ ਸਿਗਨਾਲੇ ਦਾ ਫਿਗੂਰਾਟੋ ਐ ਕੋਨਸੈਂਟੀਟੋ ਲੂਜ਼ੋ ਦੇ ਕਲਾਕਸ਼ਨ ਸੋਲੋ ਇਨ ਕਾਜ਼ੋ ਦੀ ਪੇਰੀਕੋਲੋ ਇਮੇਡੀਆਟੋ, ਵੇਰੋ ਯਾਨੀ ਕਿ ਜਦੋਂ ਇਹ ਸਾਈਨ ਹੁੰਦਾ ਹੈ ਤੁਸੀਂ ਜਿਹੜਾ ਕਲਾਕਸ਼ਨ ਆ ਉਹ ਸਿਰਫ ਉਦੋਂ ਵਜਾ ਸਕਦੇ ਆ ਜਦੋਂ ਪੇਰੀਕੋਲੋ ਇਮੇਡੀਆਟੋ ਆ। ਅਤੇ ਇਸ ਕੇਸ ਵਿੱਚ ਇਹ ਵੇਰੋ ਆ, ਇੱਥੇ ਸੋਲੋ ਜਿਹੜਾ ਲਫ਼ਜ਼ ਹੈ ਉਹ ਵੇਰੋ ਆ, ਕਿਉਂਕਿ ਜੇ ਤੁਸੀਂ ਕਿਸੇ ਬਿਮਾਰ ਨੂੰ ਵੀ ਲੈ ਕੇ ਜਾ ਰਹੇ ਹੋ ਜਾਂ ਕਿਸੇ ਜ਼ਖਮੀ ਹਾਲਤ ਵਿੱਚ ਵੀ ਜੇ ਕੋਈ ਹੋਵੇ ਉਹਨੂੰ ਲੈ ਕੇ ਜਾ ਰਹੇ ਆ, ਉਹ ਵੀ ਇੱਕ ਪੇਰੀਕੋਲੋ ਇਮੇਡੀਆਟੋ ਹੁੰਦਾ ਹੈ, ਯਾਨੀ ਕਿ ਉੱਥੇ ਯਕਦਮ ਖਤਰਾ ਹੁੰਦਾ ਉਹ। ਉਸ ਤੋਂ ਬਾਅਦ ਇਲ ਸਿਗਨਾਲੇ ਦਾ ਫਿਗੂਰਾਟੋ ਇੰਡੀਕਾ ਲਿਨੀਸੋ ਜੂਨਾ ਜ਼ੋਨਾ ਇਨ ਕੁਈ ਐ ਵਿਏਤਾਟੋ ਸੋਨਾਰੇ ਇਲ ਕਲਾਕਸੋਨ, ਵੇਰੋ ਯਾਨੀ ਕਿ ਜਿਹੜਾ ਸਾਈਨ ਆ ਉਹ ਇੰਡੀਕੇਟ ਕਰ ਰਿਹਾ ਸ਼ੁਰੂਆਤ ਇੱਕ ਐਸੇ ਏਰੀਏ ਦੀ ਜਿੱਥੇ ਕਿ ਕਲਾਕਸੋਨ ਯਾਨੀ ਕਿ ਹੋਰਨ ਵਜਾਉਣ ਦੀ ਮਨਾਹੀ ਆ। ਸੋਨਾਰੇ ਹੁੰਦਾ ਹੈ ਵਜਾਉਣਾ, ਅਤੇ ਇਹ ਵੇਰੋ ਆ। ਉਸ ਤੋਂ ਬਾਅਦ ਇਨ ਪ੍ਰੈਜੈਂਸ ਦੇ ਸਿਗਨਾਲੇ ਦਾ ਫਿਗੂਰਾਟੋ ਸੀ ਪੁਆ ਉਤਿਲਿਜ਼ਾਰੇ ਇਲ ਕਲਾਕਸੋਨ ਸੇ ਸੀ ਟ੍ਰਾਂਸਪੋਰਟਨੋ ਫੇਰੀਤੀ ਓ ਅਮਾਲਾਤੀ ਗ੍ਰਾਵੀ, ਵੇਰੋ ਯਾਨੀ ਕਿ ਜਦੋਂ ਇਹ ਸਾਈਨ ਹੁੰਦਾ ਆ ਤੁਸੀਂ ਕਲਾਕਸ਼ਨ ਯੂਜ਼ ਕਰ ਸਕਦੇ ਹਾਂ ਜੇ ਤੁਸੀਂ ਫੇਰੀਤੀ ਯਾਨੀ ਕਿ ਜਿਹੜੇ ਸੱਟ ਲੱਗੀ ਆ ਉਹਨੂੰ ਲੈ ਕੇ ਜਾ ਰਹੇ ਹਾਂ, ਜਾਂ ਫਿਰ ਅਮਾਲਾਤੀ ਗ੍ਰਾਵੀ ਯਾਨੀ ਕਿ ਜਿਹੜੇ ਜ਼ਿਆਦਾ ਬਿਮਾਰ ਆ। ਹੁਣ ਅਸੀਂ ਉਹ ਕੁਝ ਦੇਖਾਂਗੇ ਜਿਹੜੇ ਹੁੰਦੇ ਆ ਫਾਲਸੋ। ਇਲ ਸਿਗਨਾਲੇ ਦਾ ਫਿਗੂਰਾਟੋ ਕੋਨਸੈਂਟੇ ਲੂਜ਼ ਇਲ ਕਲਾਕਸ਼ਨ ਪਰ ਰਿਕਿਆਮਾਰੇ ਲਾਟੈਂਸੀਓਨੇ ਇਨ ਕੁਆਲਸੀਆਸੀ ਸਿਰਕੋਸਟਾਂਸਾ, ਫਾਲਸੋ ਇੱਥੇ ਲਿਖਿਆ ਹੈ ਕਿ ਜਿਹੜਾ ਇਹ ਸਾਈਨ ਹੈ ਇਹ ਤੁਹਾਨੂੰ ਕੋਨਸੈਂਟ ਇਜਾਜ਼ਤ ਦੇ ਰਿਹਾ ਹੈ ਕਲਾਕਸ਼ਨ ਵਜਾਉਣ ਦੀ, ਊਜ਼ਰ ਕਲਾਕਸ਼ਨ ਯਾਨੀ ਕਿ ਹੋਰ ਨੂੰ ਯੂਜ਼ ਕਰਨ ਦੀ, ਫਿਰ ਲਿਖਿਆ ਮਾਰੇ ਲਾਟੈਂਸੀਓਨ ਯਾਨੀ ਕਿ ਜੇ ਤੁਸੀਂ ਅਟੈਂਸ਼ਨ ਲੈਣੀ ਆ, ਇਕੁਅਲ ਸੀਐਸ ਸਿਰਕੋਸਟਾਂਸ ਯਾਨੀ ਕਿ ਕੋਈ ਵੀ ਸਿਚੁਏਸ਼ਨ ਵਿੱਚ, ਅਤੇ ਇਹ ਫਾਲਸੋ ਅਸੀਂ ਦੇਖਿਆ ਸਿਰਫ ਪੇਰੀਕੋਲੋ ਇਮੇਡੀਆਟੋ 'ਚ, ਯਾਨੀ ਕਿ ਸਿਰਫ ਜੇ ਖਤਰਾ ਆ ਤੁਸੀਂ ਤਾਂ ਵਜਾ ਸਕਦੇ ਆ, ਜੇ ਉੱਦਾਂ ਕੋਈ ਨੋਰਮਲ ਸਿਰਫ ਤੁਸੀਂ ਕਿਸੇ ਨੂੰ ਹੈਲੋ ਹਾਏ ਕਹਿਣਾ ਆ ਓਨਲੀ ਤੁਸੀਂ ਹੋਰਨ ਨਹੀਂ ਵਜਾ ਸਕਦੇ। ਉਸ ਤੋਂ ਬਾਅਦ ਇਲ ਸਿਗਨਾਲੇ ਦਾ ਫਿਗੂਰਾਟੋ ਦੇਵੇ ਐਸਰੇ ਰਿਸਪੈਕਟਾਟੋ ਸੋਲਟਾਂਟੋ ਦਲੇ ਓਰੇ 20 ਅਲੇ ਓਰੇ 8, ਫਾਲਸੋ ਇੱਥੇ ਲਿਖਿਆ ਕਿ ਜਿਹੜਾ ਇਹ ਸਾਈਨ ਆ ਇਹ ਤੁਸੀਂ ਸਿਰਫ ਸ਼ਾਮ ਦੇ 8 ਵਜੇ ਤੋਂ ਲੈ ਕੇ ਸਵੇਰ ਦੇ 8 ਵਜੇ ਤੱਕ ਫੋਲੋ ਕਰਨਾ ਹੈ, ਸੁਲਤਾਨਤੋ ਸਿਰਫ, ਅਤੇ ਇਹ ਫਾਲਸੋ ਆ ਇਹ ਤੁਸੀਂ ਹਮੇਸ਼ਾ ਫੋਲੋ ਕਰੋਂਗੇ ਜੇ ਕੋਈ ਵੀ ਸਾਈਨ ਨਾਲ ਨਹੀਂ ਦਿੱਤਾ। ਉਸ ਤੋਂ ਬਾਅਦ ਇਲ ਸਿਗਨਾਲੇ ਦਾ ਫਿਗੂਰਾਟੋ ਪ੍ਰਵੀਜ਼ਾ ਲਾ ਪੋਸੀਬਿਲਿਟਾ ਦੀ ਇਨਕੋਂਟਰਾਰੇ ਉਹਨਾਂ ਕਾਜ਼ਰਮਾ ਦੇ ਵਿਜੀਲੀ ਦਿਲ ਫੋਕੋ, ਫਾਲਸੋ ਇੱਥੇ ਦਿਖਾਇਆ ਕਿ ਜਿਹੜੇ ਸਾਈਨ ਆ ਕਹਿ ਰਿਹਾ ਕਿ ਤੁਹਾਨੂੰ ਅੱਗੇ ਜਾ ਕੇ ਇੱਕ ਕਾਜ਼ਰਮਾ ਦੇ ਵਿਜੀਲੀ ਦਿਲ ਫੋਕੋ ਮਿਲ ਸਕਦਾ, ਅਤੇ ਇਹ ਫਾਲਸੋ ਆ ਇੱਥੇ ਇੱਦਾਂ ਕੁਛ ਨਹੀਂ ਗਾ ਸਿਰਫ ਹੋਰਨ ਦਾ ਸਾਈਨ ਆ। ਉਸ ਤੋਂ ਬਾਅਦ ਇਸ ਸਿਗਨਾਲੇ ਦਾ ਫਿਗੂਰਾਟੋ
preavvisa una strettoia su strade di montagna. Falso. E ti dica che tu dai signa e che è che strettoia, strettoia, yani che tu rari ra hunda shota ho janda su strade di montagna, yani che pahari vale ra te è falso. Questo va il segnale raffigurato consente l'uso del clacson nei casi di ingorgo stradale. Falso. E ti dica che c'è ingorgo stradale hunda uno tu si clacson bja sakde. ਇੰਗੋਰਗੋ ਸਟਰਾਡਾਲੇ ਹੁੰਦਾ ਹੈ ਜਿਹਦਾ ਮਤਲਬ ਕਿ ਕਾਫੀ ਜ਼ਿਆਦਾ ਟ੍ਰੈਫਿਕ ਹੋਵੇ ਉਹਨੂੰ ਇਦਾਂ ਕਹਿ ਲਈਦਾ ਹੈ ਇਸ ਕਰਕੇ ਇਹ ਫਾਲਸੋ ਆ ਉਸ ਤੋਂ ਬਾਅਦ ਇਲ ਸੇਗਨਾਲ ਰਾਫਿਗੁਰਾਟੋ ਇੰਡਿਕਾ ਲਾ ਫਿਨੇ ਨੇਲ ਡਿਵੀਏਟੋ ਦੀ ਸੇਗਨਲਾਜ਼ਿਓਨੀ ਅਕੂਸਟਿਕੇ ਫਾਲਸੋ ਇੱਥੇ ਲਿਖਿਆ ਕਿ ਜਿਹੜਾ ਸਾਈਨ ਆ ਇਹ ਇੰਡੀਕੇਟ ਕਰ ਰਿਹਾ ਹੈ ਕਿ ਇੱਥੇ ਫਿਨੇ ਦੇਲ ਡਿਵੀਏਟੋ ਆ ਯਾਨੀ ਕਿ ਡਿਵੀਏਟੋ ਦਾ ਐਂਡ ਆ ਕਿਹੜੇ ਡਿਵੀਏਟੋ ਦਾ ਡਿਵੀਏਟੋ ਦੀ ਸੇਗਨਲਾਜ਼ਿਓਨੀ ਅਕੂਸਟਿਕੇ ਤੇ ਫਾਲਸੋ ਆ ਇੱਥੇ ਡਿਵੀਏਟੋ ਸ਼ੁਰੂ ਹੋ ਰਿਹਾ ਹੈ ਇਸ ਕਰਕੇ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਹੁਣ ਅਸੀਂ ਅਗਲਾ ਸਾਈਨ ਦੇਖਾਂਗੇ ਜਿਹੜਾ ਆ ਡਿਵੀਏਟੋ ਸੁਰਪਾਸੋ ਪਰ ਮੈਜੀ ਦੀ ਓਲਟਰੇ 3,5 ਟੋਨੈਲਾਤੇ। ਇਹਦਾ ਸਾਈਨ ਤੁਹਾਨੂੰ ਲੈਫਟ ਤੇ ਸ਼ੋ ਹੋ ਰਿਹਾ ਹੈ। ਇਹਦਾ ਅਸੀਂ ਪਹਿਲਾਂ ਡੈਫੀਨੇਸ਼ਨ ਪੜਾਂਗੇ। ਇਲ ਸੇਗਨਾਲ ਰਾਫਿਗੁਰਾਟੋ ਰਾਪ੍ਰੇਜ਼ੈਂਟਾ ਇਲ ਡਿਵੀਏਟੋ ਦੀ ਸੁਰਪਾਸੋ ਪਰ ਮੈਜੀ ਦੀ ਓਲਟਰੇ 3,5 ਟੋਨੈਲਾਤੇ। ਯਾਨੀ ਕਿ ਜਿਹੜਾ ਸਾਈਨ ਆ ਇਹ ਕਹਿ ਰਿਹਾ ਕਿ ਇਹ ਇੱਕ ਦਿਵਿਆਤੋ ਆ ਸੁਰਪਾਸੋ ਦਾ ਯਾਨੀ ਕਿ ਓਵਰਟੇਕ ਦਾ ਪਰ ਮੈਜੀ ਵੀ ਓਲਟਰੇ 3,5 ਟੋਨੈਲਾਤੇ ਯਾਨੀ ਕਿ ਜਿਹੜੇ ਵਹੀਕਲ ਦਾ ਭਾਰ 3,5 ਟੋਨੈਲਾਤੇ ਤੋਂ ਯਾਨੀ ਕਿ 3.5 ਟੋਨੈਲਾਤੇ ਤੋਂ ਵੱਧਿਆ ਉਹਨਾਂ ਦੀ ਦਿਵਿਆਤੋ ਆ ਇਹ ਸੁਰਪਾਸੋ ਯਾਨੀ ਕਿ ਓਵਰਟੇਕ ਦਾ। ਚੰਗੀ ਤਰ੍ਹਾਂ ਦੇਖਦੇ ਹੁਣ ਅਸੀਂ ਇਹਨੂੰ ਵਿਆਤਾ ਇਹ ਵਹੀਕਲ ਦੀ ਮਾਸਾ ਆ ਪੀਏਨੋ ਕਾਰਿਕੋ ਸੁਪੀਰੀਓਰੇ ਆ 3,5 ਟੋਨੈਲਾਤੇ non destinate al trasporto di persone di sorpassare veicoli a motore. Yani ki eh jehda sign a eh manahi de reha a ohna vehicles nu jinna da total bhar pura bhar ke cargo bhar ke 3,5 ya ki 3.5 tonnellate to vadhya jehda ki par ik cheez dhyan ch rakhni a aise vehicle jehde persone nu transportare nahi karde yani ki is category vich bus idhle cheezan nahi aundiyan ਉਹ ਜਿਹੜੇ ਆ ਉਹ ਵਹੀਕਲ ਜਾਂ ਮੋਟੋਰੇ ਨੂੰ ਓਵਰਟੇਕ ਨਹੀਂ ਕਰ ਸਕਦੇ। ਯਾਨੀ ਕਿ ਜੇ ਤੁਸੀਂ ਇੱਕ ਫੋਰ ਐਗਜ਼ਾਮਪਲ ਇੱਕ ਆਟੋ ਕਰ ਰਹੇ ਹੋ ਤੇ ਭਾਰ ਜਿਹੜਾ ਉਹ 3,5 ਟੋਨੈਲਾਤੇ ਤੋਂ ਵੱਧ ਆ ਫਿਰ ਤੁਸੀਂ ਓਵਰਟੇਕ ਨਹੀਂ ਕਰ ਸਕਦੇ ਇੱਕ ਵਹੀਕਲ ਜਾਂ ਮੋਟੋਰੇ ਨੂੰ। ਇਲ ਸੇਗਨਾਲੇ ਡਿਵੀਏਟੋ ਦੀ ਸੁਰਪਾਸੋ ਪਰ ਮੈਜੀ ਦੀ ਓਲਟਰੇ 3,5 ਟੋਨੈਲਾਤੇ ਇੰਡਿਕਾ ਕਿ ਇਹ ਵਹੀਕਲ ਦੀ ਮਾਸਾ ਸੁਪੀਰੀਓਰੇ ਓ ਇਨਫੇਰੀਓਰੇ ਆ 3,5 ਟੋਨੈਲਾਤੇ destinate al trasporto di persone possono sorpassare i veicoli a motore. E anche ci stiamo a dire che in questo caso il sign è che qualsiasi veicolo trasporto di persone guarda, yani che jede vich ki yatri hunde a ode par chahe 3.5 to vadh hove chahe ghat hove oh overtake kar sakde a te eh cheez tusi dhyan ch rakhni a assi inna de quiz dekhange sab to pehla assi dekhange vero Il segnale raffigurato vieta ai veicoli di massa a pieno carico superiore a 3,5 tonnellate non destinati al trasporto di persone di sorpassare veicoli a motore. Vero, yani ki ejra signa e keh reha hai ke jehde vehicle da bhar jehda ki koi persone nu transportare nahi karda yani ki jehde vich ki yatri nahi ke par oda bhar 3,5 tonnellate to superiore yani ki vadde a oh itthe ਵਹੀਕਲ ਜਿਹੜੇ ਮੋਟੋਰੇ ਵਾਲੇ ਹੁੰਦੇ ਆ ਉਹਨਾਂ ਨੂੰ ਓਵਰਟੇਕ ਨਹੀਂ ਕਰ ਸਕਦਾ ਤੇ ਇਹ ਵੇਰੋ ਆ ਇਨ ਪ੍ਰੈਜ਼ੈਂਸ ਦੇ ਸਿਗਨਲ ਦਾ ਫਿਗੂਰਾਟੋ ਉਨ ਆਟੋਕਾਰੋ ਨੋਨ ਪੁਆ ਸੁਰਪਾਸਾਰੇ ਵਹੀਕਲ ਆ ਮੋਟੋਰੇ ਸੇ ਸੁਲਾ ਸੂਆ ਕਾਰਟਾ ਦੀ ਸਰਕੂਲੇਸ਼ਨ ਹੈ ਇੰਡਿਕਾਟਾ ਉਨ ਮਾਸਾ ਕੰਪਲੈਸੀਵਾ ਆ ਪੀਨੋ ਕਾਰਿਕੋ ਸੁਪੀਰੀਓਰ ਆ 3,5 ਟੋਨੈਲਾਤੇ ਵੇਰੋ ਯਾਨੀ ਕਿ ਇੱਥੇ ਲਿਖਿਆ ਹੈ ਕਿ ਜਿਹੜੇ ਸਾਈਨ ਹੁੰਦਾ ਆ ਇੱਕ ਆਟੋਕਾਰੋ ਇੱਕ ਮੋਟਰ ਵਾਲੇ ਵਹੀਕਲ ਨੂੰ ਨਹੀਂ ਓਵਰਟੇਕ ਕਰ ਸਕਦਾ ਜੇ ਕਾਰਤਾ ਦੀ ਸਰਕੂਲੇਸ਼ਨ ਹੈ। ਕਾਰਤਾ ਦੀ ਸਰਕੂਲੇਸ਼ਨ ਇੱਕ ਡਾਕੂਮੈਂਟ ਹੁੰਦਾ ਜਿਹੜਾ ਕਿ ਹਮੇਸ਼ਾ ਗੱਡੀ ਵਿੱਚ ਰੱਖਿਆ ਜਾਂਦਾ ਆ ਤੇ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੁੰਦਾ ਹੈ ਤੁਹਾਡੀ ਗੱਡੀ ਬਾਰੇ ਇਨਫੋਰਮੇਸ਼ਨ ਤੇ ਉਹਦੇ ਵਿੱਚ ਜੇ ਲਿਖਿਆ ਹੈ ਕਿ ਜਿਹੜਾ ਤੁਹਾਡੀ ਆਟੋ ਕਾਰ ਆ ਉਹਦਾ ਮਾਸਾ ਕੰਪਲੈਸੀਵ ਯਾਨੀ ਕਿ ਟੋਟਲ ਭਾਰ ਆ ਪੀਨੋ ਕਾਰਿਕੋ ਯਾਨੀ ਕਿ ਜਦੋਂ ਲੋਡ ਫੁੱਲ ਹੁੰਦਾ ਆ ਉਹ 3,5 ਤੋਂ ਵੱਧ ਆ 3,5 ਟੋਨੈਲਾਤੇ ਤੋਂ ਵੱਧ ਆ ਫਿਰ ਤੁਸੀਂ ਇੱਥੇ ਓਵਰਟੇਕ ਨਹੀਂ ਕਰ ਸਕਦੇ ਤੇ ਇਹ ਵੇਰੋ ਆ। ਉਸ ਤੋਂ ਬਾਅਦ
Il segnale raffigurato consente ad un autocarro di massa a pieno carico inferiore a 3,5 tonnellate di sorpassare un auto articolato. Vero. Yannick Ezzerichea che Egerasainia e Igiazatinda consente Yannick Igiazatindaek autocarro geda massa a pieno carico inferiore a 3,5 tonnellate to un Ijazat dindayo ek auto articolato nu overtake karandi. Te vero a kyunki je jada weight ya oh 3,5 3.5 tonnellate to katte ya fir overtake kar sakde ho. Us to baad il segnale raffigurato consente ad un autobus di massa a pieno carico pari a 18 tonnellate di sorpassare un autotreno. E te li chiaya che jada saina ek autobus yani ke te Yatri hege avece, ek autobus jeda par a pieno carico 18 tonnellate a yanki 18 tonnellate a o ek autotreno overtake kar sara. Te vero a kyunki se pehlo dekhya ke jeda rule a 3,5 3.5 tonnellate da o sirf una vehicle di lagu hunda jehde ki yatri nahi leke jande pe. Is karke autobus de he vero a. Us to baad in presenza del segnale raffigurato un'autovettura con massa a pieno carico pari a 3 tonnellate, trainante un carrello appendice, può sorpassare veicoli a motore. Vero. Yannick Ezzerichea che autovettura geda massa geda da pieno carico o hega a 3 tonnellate, Yannick 10 tonnellate a te o de piccel carrello appendice vi laggia a ਉਹ ਇੱਕ ਵਹੀਕਲ ਆ ਮੋਟਰ ਨੂੰ ਓਵਰਟੇਕ ਕਰ ਸਕਦਾ ਹੈ ਤੇ ਇਹ ਵੇਰੋ ਆ ਆਟੋਵੈਟੂਰਾ ਹੁੰਦਾ ਹੈ ਗੱਡੀ ਕਾਰ ਤੇ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਇਹ ਵੇਰੋ ਆ ਕਿਉਂਕਿ ਇਹਦੇ ਵਿੱਚ ਵੀ ਯਾਤਰੀ ਹੁੰਦੇ ਆ ਉਸ ਤੋਂ ਬਾਅਦ ਇਨ ਪ੍ਰੈਜ਼ੈਂਸ ਦੇ ਸਿਗਨਲ ਰਾਫਿਗੂਰਾਟੋ ਉਨਾਟੋਵੈਟੂਰਾ ਪੁਆ ਸਰਪਾਸਾਰੇ ਉਨਾਟੋਟ੍ਰੇਨੋ ਯਾਨੀ ਕਿ ਇੱਥੇ ਲਿਖਿਆ ਕਿ ਜਿਹੜੇ ਸਾਈਨ ਹੁੰਦਾ ਹੈ ਇੱਕ ਆਟੋਵੈਟੂਰਾ ਯਾਨੀ ਕਿ ਇੱਕ ਗੱਡੀ ਇੱਕ ਆਟੋਟ੍ਰੇਨੋ ਨੂੰ ਓਵਰਟੇਕ ਕਰ ਸਕਦੀ ਹੈ ਤੇ ਇਹ ਵੇਰੋ ਆ In presenza del segnale raffigurato, un autocaravan con massa a pieno carico pari a 4 tonnellate può effettuare manovre di sorpasso. Vero. Ek autocaravan, yani ki eske svich vi ete yatri hundia vich, jeda par pura 4 tonnellate a, oho manovre di sorpasso, yani ki overtake kar sara, te he vero a. In presenza del segnale raffigurato, è vietato agli autocarri con massa a pieno carico superiore a 3,5 tonnellate di sorpassare motociclo. Vero, Yannick Ezzerichea che jede sign hundaya ek autocarro nu manahi a jeda par 3,5 tonnellate to vadde a overtake karan di ek motociclo nu te he vero a. Hun assi dekhange oho quiz jede hundaya falso. In presenza del segnale raffigurato un autocarro con massa massima a pieno carico superiore a 3,5 tonnellate, trainante un rimorchio leggero, può sorpassare un motociclo. Falso. E ti dica che tu sai non da e autocarro già da pare 3,5 tonnellate to vadde a te ode picce e rimorchio leggero lo ghiaia. O ek overtake kar sare ek motociclo nu te falso a kyunki ek autocarro je 3,5 tonnellate to vadh par aya te oh overtake nahi kar sakda us to baad in presenza del segnale raffigurato un autocaravan di massa a pieno carico superiore a 3,5 tonnellate non può sorpassare veicoli a motore falso e te dichiara che ek autocaravan Geda par pieno carico geda superiore 3,5 tonnellate, superiore yani ki vadde a 3,5 tonnellate to oh overtake nahi kar sakda veicoli a motore nu. Te falso is karke liye kyunki jede autocaravan hunde a oh trasporto di persone vich aunde a. Te ede vich yatri hunde a. Us to baad il segnale raffigurato consente ad un autocarro di massa complessiva superiore a 3,5 tonnellate di sorpassare un motociclo. Falso. E te li chiaia che Egera Saina e Ijazat Dinda consente e autocarro nu geda par complessiva total par superiore a 3,5 tonnellate yani che 3,5 tonnellate to vadde a e motociclo nu overtake karandi.
ਤੇ ਫਾਲਸੋ ਇੱਥੇ ਇੱਕ ਆਟੋ ਕਾਰ ਨੂੰ ਓਵਰਟੇਕ ਨਹੀਂ ਕਰ ਸਕਦਾ ਜੇ ਉਹਦਾ ਭਾਰ 3,5 ਟਨ ਲਾਸੇ ਤੋਂ ਵੱਧ ਆ। ਉਸ ਤੋਂ ਬਾਅਦ ਇਲ ਸੇਗਨਾਲ ਰਾ ਫਿਗੂਰਾਟੋ ਕੰਸੈਂਟੇ ਅਲੇ ਆਟੋ ਵੇਟੂਰੇ ਡੀ ਸੋਰਪਾਸਾਰੇ ਗਲੀ ਆਟੋ ਕਾਰਰੀ ਸੁਲਾ ਕੁਰਸੀਆ ਦੀ ਦੈਸਟਰਾ। ਫਾਲਸੋ ਇੱਥੇ ਲਿਖਿਆ ਹੈ ਕਿ ਜਿਹੜਾ ਇਸਾਈ ਆ ਇਹ ਕਹਿ ਰਿਹਾ ਕਿ ਜਿਹੜੇ ਆਟੋ ਵੇਟੂਰੇ ਆ ਗੱਡੀਆਂ ਆ ਉਹ ਓਵਰਟੇਕ ਕਰ ਸਕਦੀਆਂ ਆਟੋ ਕਾਰਰੀ ਨੂੰ ਕੁਰਸੀਆ ਦੀ ਦੈਸਟਰਾ ਤੋਂ ਯਾਨੀ ਕਿ ਰਾਈਟ ਸਾਈਡ ਤੋਂ। ਇਹ ਫਾਲਸੋ ਆ ਕਿਉਂਕਿ ਅਸੀਂ ਦੇਖਿਆ ਕਿ ਰਾਈਟ ਸਾਈਡ ਤੋਂ ਓਵਰਟੇਕ ਨਹੀਂ ਕਰੀਦਾ। ਉਸ ਤੋਂ ਬਾਅਦ ਇਲ ਸੇਗਨਾਲ ਰਾ ਫਿਗੂਰਾਟੋ ਵਿਏਟਾ ਇਲ ਸੋਰਪਾਸੋ ਅਗਲੀ ਆਟੋ ਸਨੋਦਾਤੀ। ਫਾਲਸੋ ਆਟੋ ਸਨੋਦਾਤੀ ਜਿਹੜੇ ਹੁੰਦੇ ਆ ਉਹ ਬੱਸ ਇੱਕ ਬੱਸ ਵੀ ਆਟੋ ਸਨੋਦਾਤੋ ਹੁੰਦੀ ਆ। ਇਸ ਕਰਕੇ ਵੀ ਇੱਥੇ ਇਹ ਚੀਜ਼ ਗਲਤ ਆ ਕਿ ਜਿਹੜੇ ਆਟੋ ਸਨੋਦਾਤੀ ਉਹ ਓਵਰਟੇਕ ਨਹੀਂ ਕਰ ਸਕਦੇ। ਜੇ ਉਹ ਯਾਤਰੀ ਲੈ ਕੇ ਜਾ ਰਹੇ ਆ ਫਿਰ ਉਹ ਓਵਰਟੇਕ ਕਰ ਸਕਦੇ। ਇਸ ਕਰਕੇ ਇਹ ਕੁਝ ਫਾਲਸੋ ਆ। ਉਸ ਤੋਂ ਬਾਅਦ ਇਲ ਸੇਗਨਾਲ ਰਾ ਫਿਗੂਰਾਟੋ ਵਿਏਟਾ ਅਦ ਉਨ ਆਟੋ ਕਾਰਾਵਨ ਦੀ ਮਾਸਾ ਕੰਪਲੈਸੀਵਾ ਪਾਰੀ ਆ 6 ਟਨ ਦੀ ਇਫੈਕਟੁਆਰੇ ਮਾਨੋਵਰੇ ਦੀ ਸੁਰਪਾਸੋ। ਫਾਲਸੋ ਇੱਥੇ ਲਿਖਿਆ ਕਿ ਜਿਹੜੇ ਸਾਈਨ ਆ ਇਹ ਇੱਕ ਆਟੋ ਕਾਰਾਵਨ ਯਾਨੀ ਕਿ ਜਿਹਦੇ ਵਿੱਚ ਯਾਤਰੀ ਹੁੰਦੇ ਆ ਜਿਹਦਾ ਭਾਰ ਕੰਪਲੈਸੀਵਾ ਯਾਨੀ ਕਿ ਟੋਟਲ ਭਾਰ 6 ਟਨ ਆ ਪਾਰੀ ਹੁੰਦਾ ਆ 6 ਟਨ ਦੇ ਬਰਾਬਰ ਉਹ ਇੱਥੇ ਮਾਨੋਵਰੇ ਦੀ ਸੁਰਪਾਸੋ ਨਹੀਂ ਕਰ ਸਕਦਾ ਵਿਏਤਾ ਉਹਨੂੰ ਮਨਾਹੀ ਆ ਅਤੇ ਇਹ ਫਾਲਸੋ ਆ ਕਿਉਂਕਿ ਇੱਕ ਆਟੋ ਕਾਰਾਵਨ ਜਿੰਨਾ ਮਰਜ਼ੀ ਭਾਰ ਹੋਵੇ ਜੇ ਉਹਦੇ ਵਿੱਚ ਯਾਤਰੀ ਆ ਤਾਂ ਉਹ ਓਵਰਟੇਕ ਕਰ ਸਕਦੇ ਆ। ਉਸ ਤੋਂ ਬਾਅਦ ਇਨ ਪ੍ਰੈਜੈਂਸ ਦੇ ਸਿਗਨਲ ਰਾਫਿਗੂਰਾਟੋ ਉਨ ਆਟੋਕਾਰੋ ਦੀ ਮਾਸਾ ਆ ਪੀਨੋ ਕਾਰਿਕੋ ਪਾਰੀ ਆ 3 ਟਨ ਨੋਨ ਪੁਆ ਇਫੈਕਟੁਆਰੇ ਮਾਨੋਵਰੇ ਦੀ ਸੁਰਪਾਸੋ। ਫਾਲਸੋ ਇੱਥੇ ਲਿਖਿਆ ਕਿ ਜਿਹੜੇ ਸਾਈਨ ਹੁੰਦਾ ਆ ਇੱਕ ਆਟੋਕਾਰੋ ਜਿਹਦਾ ਭਾਰ ਪਾਰੀ ਆ 3 ਟਨ ਆ ਯਾਨੀ ਕਿ 3 ਟਨ ਦੇ ਬਰਾਬਰ ਆ ਉਹ ਇੱਥੇ ਓਵਰਟੇਕ ਨਹੀਂ ਕਰ ਸਕਦਾ ਅਤੇ ਇਹ ਫਾਲਸੋ ਆ ਕਿਉਂਕਿ ਇੱਥੇ ਇੱਕ ਆਟੋਕਾਰੋ ਜਿਹਦਾ ਭਾਰ 3,5 3.5 ਟਨ ਤੋਂ ਥੱਲੇ ਆ ਉਹ ਇੱਥੇ ਓਵਰਟੇਕ ਕਰ ਸਕਦਾ ਹੈ ਅਤੇ 3 ਟਨ ਘੱਟ ਹੁੰਦੇ ਆ 3,5 ਤੋਂ। ਉਸ ਤੋਂ ਬਾਅਦ ਇਨ ਪ੍ਰੈਜੈਂਸ ਦੇ ਸਿਗਨਲ ਰਾਫਿਗੂਰਾਟੋ ਈ ਵੇਹੀਕੋਲੀ ਕੋਨ ਮਾਸਾ ਆ ਪੀਨੋ ਕਾਰਿਕੋ ਸੁਪਰੀਓਰੇ ਆ 3,5 ਡਿਸਟੀਨਾਟੀ ਅਲ ਟ੍ਰਾਸਪੋਰਟੋ ਦੀ ਪਰਸੋਨੇ ਨੋਨ ਪੋਸੋਨ ਇਫੈਕਟੁਆਰੇ ਮਾਨੋਵਰੇ ਦੀ ਸੁਰਪਾਸੋ। ਫਾਲਸੋ ਯਾਨੀ ਕਿ ਜਿਹੜੇ ਸਾਈਨ ਹੁੰਦਾ ਆ ਇੱਥੇ ਲਿਖਿਆ ਕਿ ਜਿਹੜੇ ਵਹੀਕਲ ਹੀ ਆ ਜਿਹਨਾਂ ਦਾ ਮਾਸਾ ਆਪਣੇ ਨੂੰ ਕਾਰਿਕੋ ਸੁਪੇਰੀਓਰ ਯਾਨੀ ਕਿ ਵੱਧ ਆ 3,5 ਟਨ ਤੋਂ ਅਤੇ ਉਹ ਹੈਗੇ ਆ ਦਸਤੀਨਾਤੀ ਅਲ ਟ੍ਰਾਂਸਪੋਰਟੋ ਦੀ ਪਰਸੋਨ ਯਾਨੀ ਕਿ ਜਿਹੜੇ ਯਾਤਰੀ ਹੁੰਦੇ ਆ ਉਹਨਾਂ ਦੀ ਆਵਾਜਾਈ ਉਹਨਾਂ ਦੀ ਟ੍ਰਾਂਸਪੋਰਟੋ ਲਈ ਆ ਉਹ ਇੱਥੇ ਮਾਨੋਵਰੇ ਦੀ ਸੁਰਪਾਸੋ ਨਹੀਂ ਕਰ ਸਕਦੇ ਅਤੇ ਫਾਲਸੋ ਆ ਕਿਉਂਕਿ ਅਸੀਂ ਇਹ ਚੀਜ਼ ਪਹਿਲਾਂ ਵੀ ਕਹੀ ਆ ਇਹ ਜਿਹੜਾ ਰੂਲ ਆ ਜਿਹੜੇ ਵਹੀਕਲ ਯਾਤਰੀਆਂ ਨੂੰ ਲੈ ਕੇ ਜਾ ਰਹੇ ਆ ਇਹ ਉਹਨਾਂ 'ਤੇ ਲਾਗੂ ਨਹੀਂ ਹੁੰਦਾ। ਹੁਣ ਅਸੀਂ ਅਗਲਾ ਸਾਈਨ ਦੇਖਾਂਗੇ ਜਿਹੜਾ ਕੀ ਆ ਦਿਵਿਏਤੋ ਟ੍ਰਾਂਜ਼ਿਟੋ ਵੇਹੀਕੋਲੀ ਅਟ੍ਰੈਕਸੀਓਨੇ ਅਨੀਮਾਲੇ ਤੇ ਸਾਈਨ ਤੁਹਾਨੂੰ ਲੈਫਟ ਤੇ ਸ਼ੋ ਹੋ ਰਿਹਾ ਆ। ਇੱਥੇ ਵੀ ਲਿਖਿਆ ਹੈ ਕਿ ਇਲ ਸੇਗਨਾਲ ਰਾਫਿਗੂਰਾਟੋ ਰਾਪ੍ਰੈਜ਼ੈਂਟਾ ਦਿਵਿਏਤੋ ਟ੍ਰਾਂਜ਼ਿਟੋ ਵੇਹੀਕੋਲੀ ਅਟ੍ਰੈਕਸੀਓਨੇ ਅਨੀਮਾਲੇ ਯਾਨੀ ਕਿ ਜਿਹੜਾ ਸਾਈਨ ਹੈ ਇਹ ਕਹਿ ਰਿਹਾ ਕਿ ਇੱਥੇ ਮਨਾਹੀ ਆ ਟ੍ਰਾਂਜ਼ਿਟੋ ਯਾਨੀ ਕਿ ਆਵਾਜਾਈ ਦੀ ਐਸੇ ਵਹੀਕਲਸ ਦੀ ਜਿਹੜੇ ਕਿ ਚੱਲਦੇ ਆ ਐਨੀਮਲਸ ਦੇ ਨਾਲ ਜਿੱਦਾਂ ਕਿ ਫੋਟੋ 'ਚ ਵੀ ਤੁਸੀਂ ਦੇਖ ਸਕਦੇ ਹੋ। Il segnale di divieto transito veicoli a trazione animale vieta la circolazione a veicoli, carrozze trainati da animali come il cavallo o l'asino. Yani che te likhaya ki jehda eh sign a eh manahi de reha aise vehicle nu aavajahi karan di jehde ki ek janwar rahi ek animal rahi khiche jande a koi vi vehicle ja carrozza yani ki bina motor to vi ਅਤੇ ਉਹ ਜਿੱਦਾਂ ਕਿ ਇੱਕ ਕਵਾਲੋ ਯਾਨੀ ਕਿ ਹੋਰਸ ਜਾਂ ਫਿਰ ਆਜ਼ੀਨੋ ਰਾਹੀਂ ਖਿੱਚੇ ਜਾਂਦੇ ਆ ਆਜ਼ੀਨੋ ਯਾਨੀ ਕਿ ਡੋਂਕੀ। ਉਸ ਤੋਂ ਬਾਅਦ ਸਿਗਨਾਲੇ ਦਿਵਿਏਤੋ ਟ੍ਰਾਂਜ਼ਿਟੋ ਵੇਹੀਕਲ ਅਟ੍ਰੈਕਸ਼ਨ ਐਨੀਮਾਲੇ ਅਕੋਨਸੈਂਟੇ ਇਲ ਟ੍ਰਾਂਜ਼ਿਟੋ ਦੀ ਆਟੋ ਵੇਹੀਕਲੀ ਮੋਟੋਸਾਈਕਲੀ ਏ ਦੀ ਟੁੱਟੀ ਗਲੀ ਆਲਟਰੀ ਵੇਹੀਕਲੀ ਆ ਮੋਟੋਰੇ ਯਾਨੀ ਕਿ ਜਿਹੜਾ ਸਾਈਨ ਆ ਦਿਵਿਏਤੋ ਦੀ ਟ੍ਰਾਂਜ਼ਿਟੋ ਵੇਹੀਕਲ ਅਟ੍ਰੈਕਸ਼ਨ ਐਨੀਮਾਲੇ ਇਹ ਇਜਾਜ਼ਤ ਦਿੰਦਾ ਹੈ ਪਰ ਹਰ ਉਹ ਵਹੀਕਲ ਨੂੰ ਜਾਣ ਦੀ ਜਿਹੜਾ ਕਿ ਆਟੋ ਵਹੀਕਲ ਹੋ ਮੋਟਰਸਾਈਕਲ ਜਾਂ ਫਿਰ ਕੋਈ ਵੀ ਹੋਰ ਵਹੀਕਲ ਮੋਟਰ ਵਾਲਾ ਜਿਹੜਾ ਕਿ ਇੱਕ ਤਰ੍ਹਾਂ ਸੋਨਾ ਦੀ ਮਾਲੇ ਨਾਲ ਨਹੀਂ ਚੱਲਦਾ ਪਿਆ। ਇਹਨਾਂ ਦੇ ਅਸੀਂ ਕੁਝ ਦੇਖਾਂਗੇ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਵੇਰੋ ਇਲ ਸੇਗਨਾਲ ਰਾਫਿਗੂਰਾਟੋ ਵਿਏਤਾ ਇਲ ਟ੍ਰਾਂਜ਼ਿਟੋ ਆਈ ਵਹੀਕਲੀ ਅਟ੍ਰੈਕਸ਼ਨ ਐਨੀਮਾਲੇ। ਵੇਰੋ ਯਾਨੀ ਕਿ ਡੈਫੀਨੇਸ਼ਨ ਇਸ ਸਾਈਨ ਦਾ ਕਿ ਇੱਥੇ ਜਿਹੜੇ ਵਹੀਕਲ ਅਟ੍ਰੈਕਸ਼ਨ ਐਨੀਮਾਲੇ ਆ ਉਹਨਾਂ ਦੀ ਆਵਾਜਾਈ ਦੀ ਮਨਾਹੀ ਆ।
Ostovat, il segnale raffigurato vieta il transito ai veicoli trainati da cavalli, vero Yankee Rasaina, e manahi dera avajahidi, esse vehicles nu, jereki cavalli Yankee horse rahi, kitche jandia. Ostovat, il segnale raffigurato vieta la circolazione alle carrozze a cavalli, vero carrozza a cavalli vende jereki bina mutratu hundia chaldia, hamesha horse nal. E una di via vajahi di manahia te he veroa. Il segnale raffigurato vieta il transito ai veicoli trainati da asini, vero yani che te manahia vehicles nu jere ki asini rahi yani ki donkey rahi trainati a kicche jande a o ithe avajai nahi kar sare te he veroa. Il segnale raffigurato consente il transito dei motocicli, vero yani che jera signa e motociclino ijazat dindaya avajahi di te vero. Il segnale raffigurato consente il transito degli autoveicoli, vero? Yani che jara signa e ijazat dindaya autoveicolino avajahi karandi te vero. Ora se ho qui stekhange jere hunde falso. Il segnale raffigurato vieta il transito ai veicoli a motore, falso. E te dica che jara signa e manahi de rea avajahi di esse veicolo delle motor vale hunde te falso. Il segnale raffigurato vige nei centri abitati dalle ore 8 alle ore 20 falso. E te dica che jere saina e centri abitati yani che jitte lokrende sherde otte sirf 8 vaje to leke sherde sham de 8 vaje tak lagu te falso. Ostovat, il segnale raffigurato consente il transito ai veicoli a trazione animale se muniti di pneumatici. Falso. E te dica che jere signa e ijazat dindaya vehicles nu jere a trazione animale hundea ava jahi karendi je una de col pneumatici hai yani ki remmea. Te è falso. E dara question ga jethe animal hega ya fir tusi ethe nahi aa sakde. Il segnale raffigurato indica una strada riservata ai carri agricoli. Falso. E carri agricoli, agricoltura, era qui l'ena di naniga. E serve a che ette gere veicola, gere che animali di trazione al cialdia o ette nei asade. Il segnale raffigurato vieta il transito ai veicoli a braccia. Falso. Ette dica che gere signa e che manahi derea avajai karundu. Gere veicoli a braccia hunde. Veicoli a braccia hunde gere tu si ap. Tacche le che giandia, te falso. Chiunque ora li sai ne corda. Ostovat, il segnale raffigurato vieta la circolazione a tutti i veicoli sprovvisti di motore. Sprovvisto un da cui ci sono qui ci sono nei heghi. Tizia di che giore sai ne e manahi della circolazione di, yani che avajahi di, sare veicoli sono gena di col motor nei heghi. Te falso. Ora si agla sign dekhange jeda ki a divieto transito ai pedoni yani che ithe avajai di manai hogi pedal yatriyan. Il segnale raffigurato rappresenta divieto transito pedoni yani che jeda sign a left show ho reha e thonu keh reha hai ki ithe divieto transito pedoni a yani che ithe pedal yatri nahi ja sakde. Questo segnale vieta il transito ai pedoni. Yani ki same to same cheez ithe pedal yatri nahi aa sakde unna nu manahi aavajai karan di. Il segnale divieto transito pedoni consente il transito agli autoveicoli, ai motocicli, ai quadricicli a motore, alle biciclette. Yani ki jada sign a ehe par ijazat dindaya autoveicoli, motocicli, quadricicli a motore te biciclette nu aavajai karan di. Ostovat è falso affermare che il segnale divieto transito pedoni vale dalle ore 8 alle ore 20. Yani ki e chiz galat kya kehni ki jada sign a e sirf subah de 8 baje to leke sham de 8 baje tak lagu a. Us to baad il segnale divieto transito pedoni non indica l'inizio di un percorso pedonale né un'area urbana riservata a parco giochi o divertimenti. Yani ki e chiz galat kya non indica e indicate nahi karta hai sign ke ithe ka percorso pedonale shuru ho reha hai या फिर एक आर्या उर्बाना है जिथे की पार्क हो जाओ कि यानी कि पार्क या इधर ये चीज़ा है तो ये चीज़ तुम्हें क्विज़ भी ध्यान से रखनी है। ये जैसे क्विज़ देखेंगे सब तो पहले से देखेंगे वेरो
Il segnale raffigurato vieta il transito ai pedoni, vero? Yen che la segna e che mnahi derea pedali a trenu avajai ferendi. Il segnale raffigurato consente il transito agli autoveicoli, vero? Yen che la segna e i jasad dindaya autoveicoli di avajai. Ustaval, il segnale raffigurato consente il transito ai motocicli, vero? Yen che la segna e i jasad dindaya avajahi di motocicli nuovi. Tehe vero? Il segnale raffigurato consente il transito ai quadricicli a motore, vero? Yani che della saina e ijazat dindaya quadricicli a motore nuovi avajahi karandi. Ostavat, il segnale raffigurato consente il transito alle biciclette, vero? Yani che della saina e ijazat dindaya biciclette cycle nuovi ette avajahi karandi. Un SEO quiz te cane dire hege a falso. Il segnale raffigurato vieta il transito ai ciclomotori. Falso. E te ciclomotori non nahi ni di avajaiti. E te bakke sarina ci già già sarina, bas pedra di attrini già sarina. Ostoval, il segnale raffigurato vale dalle ore 8 alle ore 20. Falso. E se per lui ricca e dalla cosci nega, che su er di attrezzo la che sham di attrezzo che ne e dalla nega, e hamesha la gua. Ustavat, il segnale raffigurato indica un'area urbana riservata a parco giochi e divertimenti. Falso. E qui vi area urbana, vi dica se pello, vi dica se te quei parco giochi, nica? E anche quei parco, nica? E te servo manahia, avajahi di pedri attrino. Il segnale raffigurato obbliga i pedoni a circolare sul margine sinistro della carreggiata. Falso. E te dica che c'è la signa e che obbligo dire e che area che delle pedoni ha una ne margine sinistro, yani che left side te, left margin te re che carreggiate di te giana, te falso e te o bilkul ne già sarete. Ostoval, il segnale raffigurato indica l'inizio di un percorso pedonale, falso, e percorso pedonale da inizio nenio. Una sigla sta in decange, gerarchia, divieto, transito, biciclette. Il segnale raffigurato rappresenta il divieto transito biciclette. Tedira saina hega un segnale di divieto. Yani che tedira uho avajai di manahia biciclette cycle nu. Il segnale divieto transito biciclette vieta il transito alle biciclette, ai quadricicli a pedale, ai tandem. Yani che quadricicli a pedale giri biciste pedale via fer tandem vi. Le biciclette o ette nei asare, yani che girate pedal gear o nei asare. Questo segnale consente il transito ai ciclomotori a due ruote, ai quadricicli a motore, ai pedoni, yani che ette ciclomotori a due ruote, yani che girate rotor con dei ciclomotori de o asare, quadricicli a motore via asare, te pedoni via asare. E quizli vi decise che è falso affermare che il segnale di vieto transito biciclette vale dalle ore 8 alle ore 20. Yani che lì viene deciso che in Galtia che è della signa o che serve su il reato di tutte le che sciam di tutte le cappelle. I direttivi qui deciso nei hegi. Ostrovat, il segnale di vieto transito biciclette non indica un parcheggio per le biciclette. Yani che è deciso se ti angela clina che è della segnale di vieto transito biciclette o parking ne indicate kar raha hai itthe koi bhi cycle wali parking nahi hai ye sirf itthe hi hai ki itthe biciclette nahi aavajai kar sakde inna de quiz dekhange sab to pehla se dekhange vero il segnale raffigurato vieta il transito alle biciclette vero yani ki itthe manahi aavajai di biciclette ne il segnale raffigurato è un segnale di divieto vero e hega ek segnale di divieto ostavat il segnale raffigurato consente il transito ai quadricicli a motore. Vero, yani che hedera saina o quadricicli a motore nu ijazat dinda avajahidi. Ostrovat, il segnale raffigurato consente il transito ai pedoni. Vero, yani che te pedali a trianu ijazat hegi avajahi karandi. Ostrovat, il segnale raffigurato consente il transito ai ciclomotori a due ruote. Vero, yani che te le ciclomotori a girando due ruote a o te avajai karsa vede, te è vero a? Il segnale raffigurato vieta il transito ai quadricicli a pedale, vero, yani quadricicli a pedale un dea?
ਪੈਡਲ ਵਾਲੇ ਕੁਆਡਰੀਸਾਈਕਲ, ਉਹਨਾਂ ਦੀ ਵੀ ਇੱਥੇ ਮਨਾਹੀ ਹੈ ਨਾ ਆਵਾਜਾਈ ਦੀ। ਤੇ ਇਹ ਵੇਰੋ ਆ ਇਲ ਸੇਗਨਾਲ ਰਾਫਿਗੁਰਾਤੋ ਵਿਏਤਾ ਇਲ ਟ੍ਰਾਂਸਿਟੋ ਆਈ ਟਾਂਡਮ, ਟਾਂਡਮ ਜਿਹੜੇ ਹੁੰਦੇ ਆ ਉਹਨਾਂ ਨੂੰ ਵੀ ਇੱਥੇ ਮਨਾਹੀ ਆਵਾਜਾਈ ਦੀ। ਹੁਣ ਅਸੀਂ ਉਹ ਕੁਝ ਦੇਖਾਂਗੇ ਜਿਹੜੇ ਹੁੰਦੇ ਆ ਫਾਲਸੋ। ਇਲ ਸੇਗਨਾਲ ਰਾਫਿਗੁਰਾਤੋ ਵਾਲੇ ਦਾ ਲਿਓਰੇ ਓਤੋ ਅਲੇ ਓਰੇ ਵੇਂਤੀ ਫਾਲਸੋ। ਅਸੀਂ ਪਹਿਲਾਂ ਵੀ ਦੇਖਿਆ ਇੱਦਾਂ ਦੀ ਕੋਈ ਵੀ ਚੀਜ਼ ਨਹੀਂ ਹੈਗੀ ਕਿ ਇਹ ਸਿਰਫ ਸਵੇਰ ਦੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਆ, ਇੱਦਾਂ ਦਾ ਕੁਛ ਨਹੀਂ ਹੈਗਾ। ਤੇ ਇਸ ਕਰਕੇ ਇਹ ਕੁਝ ਫਾਲਸੋ ਆ। Il segnale raffigurato consente il transito delle biciclette nelle ore notturne. Falso. E ti dice che giro rat, di che anche quindi ore notturne, udo giro biciclette a uova già i carseri. Te è falso. Ustuvad, il segnale raffigurato vieta il transito ai motocicli. Falso. E ti dice che giro motocicli a una notte a uova già i carni manahia. Te è falso. E te motocicli a sardia. Questo il segnale raffigurato vieta il transito ai ciclomotori. Falso. E te dice che c'è il ciclomotori a una nuova manahia e te avagiahidi. Te vi falso e te serve biciclette e a fergere biciste pedal gear e a fer tandem una nuova manahia. Il segnale raffigurato indica la presenza di una corsia riservata a biciclette e ciclomotori. Falso. E te dice che c'è il sign o che area è che te corsia è ਜਿਹੜਾ ਕਿ ਰਿਜ਼ਰਵਾਤ ਹੈ, ਯਾਨੀ ਕਿ ਸਿਰਫ ਬਿਸਿਕਲੇਟੇ ਤੇ ਚਿਕਲੋਮੋਟੋਰੀ ਦੀ ਆ, ਤੇ ਫਾਲਸੋ ਆ ਕਿਉਂਕਿ ਇੱਥੇ ਬਿਸਿਕਲੇਟੇ ਆਵਾਜਾਈ ਕਰ ਹੀ ਨਹੀਂ ਸਕਦੇ। ਉਸ ਤੋਂ ਬਾਅਦ ਇਲ ਸੇਗਨਾਲ ਰਾਫਿਗੁਰਾਤੋ ਇੰਡੀਕਾ ਉਨ ਪਾਰਕੇਜੋ ਪਰ ਲੇ ਬਿਸਿਕਲੇਟੇ ਫਾਲਸੋ। ਅਸੀਂ ਪਹਿਲਾਂ ਵੀ ਦੇਖਿਆ ਸੀ ਇਹ ਕੋਈ ਵੀ ਪਾਰਕਿੰਗ ਦਾ ਸਾਈਨ ਨਹੀਂ ਗਾ। ਹੁਣ ਅਸੀਂ ਅਗਲਾ ਸਾਈਨ ਦੇਖਾਂਗੇ ਜਿਹੜਾ ਕਿ ਆ ਦਿਵਿਆਚੋ ਟ੍ਰਾਂਸਿਟੋ ਮੋਟੋਸਾਈਕਲੀ। Il segnale raffigurato rappresenta il divieto di transito motocicli. È un segnale di divieto, yani che c'era signa e hega ek divieto transito motocicli, yani che motocicli di avajahi di manahi, te hek segnale di divieto a. Il segnale divieto transito motocicli vieta il transito ai motocicli di qualsiasi cilindrata, yani che te har koi cilindrata vale motocicli, cioè motociclo vada hove, shota hove, har motociclo non manahi ette ondi. Il segnale divieto transito motocicli consente il transito a tricicli, quadricicli a motore, alle autovetture e alle biciclette. Yaniki ette tricicli, quadricicli a motore, autovetture e biciclette avajahi karsardea. Ostoval è falso affermare che il segnale divieto transito motocicli obbliga i motociclisti a servirsi della pista a loro riservata. Falso. E te li chiede che gira che sai na o e nei che area motocicli no che tu si gira a apne li gira tua deli pista bana a gira a loro riservata, yani che serf ona li a tu si otte jana a iddara kush ne ga ette motocicli ava jahi ne kar sa re tes kar ke ona li koi pista riservata nei hoga. Una sina de quiz dekhange, sab to pehla se dekhange vero. Il segnale raffigurato vieta il transito ai motocicli. Vero, yani che jada signa e motocicli nu avajahi di manahi de reya. Ostovat, il segnale raffigurato consente il transito ai tricicli e ai quadricicli a motore. Vero, yani che jada sign hunda ya udo jada tricicli te quadricicli a motore ya una nu ijazat hegi ya te avajahi karandi. Ostovad, il segnale raffigurato consente il transito alle autovetture. Vero, yani che jada signa e ijazat dinda ya avajahi di autovetture nu, yani che jide gaddiyan hundiyan te vero a. Il segnale raffigurato consente il transito alle biciclette. Vero, yani che te jide biciclette a o avajahi kar sakde a. Ostovad, il segnale raffigurato vieta il transito ai motocicli di qualsiasi cilindrata. Vero, yani che jada signa e manahi de raya har koi cilindrata, yani che har koi size di motocicli nu avajahi karan di, te vero a. Hun assi o quiz dekhange jede hunde falso. Il segnale raffigurato consente il transito ai motocicli. Falso. E te dica consente il transito, yani che ijazat dinda ya avajahi di motocicli nu, jadi ki ette manahi ya. Ostoval, il segnale raffigurato vieta il transito a tutti i veicoli a due ruote.
ਫਾਲਸੋ ਇੱਥੇ ਲਿਖਿਆ ਕਿ ਜਿਹੜਾ ਇਹ ਸਾਈਨ ਆ ਇਹ ਟੁੱਟੀ ਵਹੀਕਲ ਯਾਨੀ ਕਿ ਹਰ ਵਹੀਕਲ ਜਿਹਦੇ ਦੋ ਪਹੀਏ ਆ ਦੋ ਰੂਆਂ ਤੇ ਆ ਉਹਨੂੰ ਮਨਾਹੀ ਹੈ ਇੱਥੇ ਆਵਾਜਾਈ ਦੀ ਤੇ ਫਾਲਸੋ ਅਸੀਂ ਪਹਿਲਾਂ ਵੀ ਦੇਖਿਆ ਇੱਥੇ ਜਿਹੜੇ ਸਾਈਕਲ ਆ ਉੱਥੇ ਆ ਸਕਦੇ ਆ ਉਸ ਤੋਂ ਬਾਅਦ ਇਲ ਸੇਗਨਾਨ ਰਾਫਿਗੂਰਾਥੋ ਸੀ ਰਿਫੇਰਿਸ਼ੇ ਆਈ ਸੋਲੀ ਮੋਟੋਚਿਕਲੀ ਦੀ ਸਿਲਿੰਦਰਾਤਾ ਸੁਪੀਰੀਓਰੇ ਆਈ 125 ਸੈਂਟੀਮੀਟਰ ਕੂਬੀ ਫਾਲਸੋ ਇੱਥੇ ਲਿਖਿਆ ਕਿ ਜਿਹੜੇ ਸਾਈਨ ਆ ਇਹ ਸਿਰਫ ਉਹ ਮੋਟੋਚਿਕਲੀ ਲਈ ਆ ਜਿਹਨਾਂ ਦਾ ਜਿਹੜਾ ਚਿਲਿੰਦਰਾਤਾ ਆ ਉਹ 125 125 ਸੈਂਟੀਮੀਟਰ ਕੂਬੀ ਤੋਂ ਵੱਧ ਆ ਅਤੇ ਫਾਲਸੋ ਅਸੀਂ ਦੇਖਿਆ ਇਹ ਹਰ ਕੋਈ ਮੋਟੋਚਿਕਲੋ ਚਾਹੇ ਜਿੰਨਾ ਮਰਜ਼ੀ ਜਿਹੜਾ ਚਿਲਿੰਦਰਾਤਾ ਹੋਵੇ ਇਹ ਹਰ ਕੋਈ ਮੋਟੋਚਿਕਲੋ ਲਈ ਲਾਗੂ ਹੁੰਦਾ ਆ ਉਸ ਤੋਂ ਬਾਅਦ ਇਲ ਸੇਗਨਾਨ ਰਾਫਿਗੂਰਾਥੋ ਕੋਨਸੇਂਟੇ ਇਲ ਟ੍ਰਾਂਸਿਟੋ ਆਈ ਮੋਟੋਚਿਕਲੀ ਦੋਤਾਤੀ ਦੀ ਉਹਨਾਂ ਸੈਲੂਲਾ ਦੀ ਸਿਕਿਉਰਿਟੀ ਫਾਲਸੋ ਇੱਥੇ ਚਾਹੇ ਸੈਲੂਲਾ ਦੀ ਸਿਕਿਉਰਿਟੀ ਕੋਈ ਵੀ ਸੇਫਟੀ ਦਾ ਸਿਸਟਮ ਹੋਵੇ ਪਰ ਜੋ ਇੱਕ ਮੋਟੋਚਿਕਲੋ ਆ ਉਹ ਇੱਥੇ ਆਵਾਜਾਈ ਨਹੀਂ ਕਰ ਸਕਦਾ ਉਸ ਤੋਂ ਬਾਅਦ ਇਲ ਸੇਗਨਾਨ ਰਾਫਿਗੂਰਾਥੋ ਵਿਏਤਾ ਇਲ ਟ੍ਰਾਂਸਿਟੋ ਆਈ ਸਿਕਲੋ ਮੋਟੋਰੀ ਫਾਲਸੋ ਇੱਥੇ ਸਿਕਲੋ ਮੋਟੋਰੀ ਆ ਸਕਦੇ ਆ ਸਿਰਫ ਮੋਟੋਚਿਕਲੋ ਨਹੀਂ ਆ ਸਕਦੇ Il segnale raffigurato vieta il transito ai quadricicli a motore falso. E quadricicli a motore indica quadricicli a motore non è già a ondi. Il segnale raffigurato è un segnale di pericolo falso. Si pelo di che e hega è segnale di divieto. Segnale di pericolo si parte che per il video che si ovvi già che di exadia tu alago hundia. Il segnale raffigurato obbliga i motociclisti a servirsi della pista loro riservata falso e ti dico che deve essere un obbligo di reagire che ci sono i carni carni motociclisti che ho apre riservate piste te già te falso se quello vi dico che c'è motocicli e te ne ha vajai carsare te per una lì che pista vi ne huga ora se la sign dicange gira che ha divieto transito veicoli a braccia ਤੇ ਇਹ ਸਾਈਨ ਤੁਹਾਨੂੰ ਲੈਫਟ ਤੇ ਸ਼ੋ ਹੋ ਰਿਹਾ ਆ ਇਲ ਸੇਗਨਾਨ ਰਾਫਿਗੂਰਾਥੋ ਰਿਪ੍ਰੈਜ਼ੈਂਟਾ ਇਲ ਡਿਵੀਏਟੋ ਟ੍ਰਾਂਸਿਟੋ ਵੇਹੀਕਲੀ ਆ ਬ੍ਰਾਚਾ ਐ ਉਹ ਸੇਗਨਾਨ ਡਿਵੀਏਟੋ ਯਾਨੀ ਕਿ ਜਿਹੜਾ ਇਹ ਸੇਗਨਾਨ ਆ ਇਹ ਕਹਿ ਰਿਹਾ ਕਿ ਇੱਕ ਡਿਵੀਏਟੋ ਟ੍ਰਾਂਸਿਟੋ ਵੇਹੀਕਲੀ ਆ ਬ੍ਰਾਚਾ ਆ ਯਾਨੀ ਕਿ ਜਿਹੜੇ ਵਹੀਕਲ ਤੁਸੀਂ ਆਪਣੇ ਹੱਥ ਨਾਲ ਖਿੱਚੋਗੇ ਤੁਸੀਂ ਸਾਈਨ ਵਿੱਚ ਵੀ ਦੇਖ ਸਕਦੇ ਆ ਤੱਕੂਗੇ ਉਹਨਾਂ ਦੀ ਇੱਥੇ ਆਵਾਜਾਈ ਦੀ ਮਨਾਹੀ ਆ ਐ ਉਹ ਸੇਗਨਾਨ ਦੀ ਡਿਵੀਏਟੋ ਯਾਨੀ ਕਿ ਇਹ ਮਨਾਹੀ ਦਾ ਸਾਈਨ ਹੈ Il segnale di vieto transito veicoli a braccia vieta il transito ai veicoli a braccia e ai carretti a mano. Yani che jehda sign a eh manahi de reha avajahi di veicoli a braccia yani che jehde tusi apne hatthan naal vehicle takunge ya fir carretti a mano yani ki koi vi carro ya carretto jehda hunda hai tusi jehda hath naal leke jaunde ho. Us to baad il segnale di vieto transito veicoli a braccia consente il transito a biciclette, ciclomotori, autovetture che trainano un carrello appendice. Yani che te ijazat ya baki sare nu biciclette, ciclomotori ya fir autovetture jena de piche carretto ya carrello appendice o ethe avajahi kar sakde ha. È falso affermare che il segnale di vieto transito veicoli a braccia indica una strada riservata ai venditori ambulanti. Yani che ci si galte a kani falso ahe ਇਹ ਜਿਹੜਾ ਸਾਈਨ ਆ ਉਹ ਕਹਿ ਰਿਹਾ ਹੈ ਕਿ ਇੱਥੇ ਇੱਕ ਸਟਰਾਦਾ ਰਿਸਰਵਾਤਾ ਆ ਵੈਂਡੀਟੋਰੀ ਐਂਬੂਲੈਂਸੀ ਯਾਨੀ ਕਿ ਜਿਹੜੇ ਲੋਕ ਆਪਣਾ ਸਮਾਨ ਇੱਦਾਂ ਵੇਚਦੇ ਹੁੰਦੇ ਇੱਧਰ ਉੱਧਰ ਜਾ ਕੇ ਉਹਨਾਂ ਲਈ ਇੱਕ ਸਟਰਾਦਾ ਰਿਸਰਵਾਤਾ ਤੇ ਫਾਲਸੋ ਆ ਉੱਥੇ ਮਨਾਹੀ ਆ ਇਹ ਚੀਜ਼ ਕਰਨ ਦੀ ਹੁਣ ਅਸੀਂ ਇਹਨਾਂ ਦੇ ਕੁਝ ਦੇਖਾਂਗੇ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਵੇਰੋ ਇਲ ਸੇਗਨਾਨ ਰਾਫਿਗੂਰਾਥੋ ਵਿਏਟਾ ਇਲ ਟ੍ਰਾਂਸਿਟੋ ਆਈ ਵੇਹੀਕਲੀ ਆ ਬ੍ਰਾਚਾ ਵੇਰੋ ਯਾਨੀ ਕਿ ਇੱਥੇ ਜਿਹੜੇ ਵਹੀਕਲ ਆ ਬਰਾਚਾ ਆ ਉਹਨਾਂ ਦੀ ਆਵਾਜਾਈ ਦੀ ਮਨਾਹੀ ਆ ਅਤੇ ਇਹ ਡੈਫੀਨੇਸ਼ਨ ਸੀ ਇਹਦਾ ਇਸ ਕਰਕੇ ਇਹ ਵੇਰੋ ਆ ਇਲ ਸੇਗਨਾਨ ਰਾਫਿਗੂਰਾਥੋ ਕੋਨਸੇਂਟੇ ਇਲ ਟ੍ਰਾਂਸਿਟੋ ਦੇਲੇ ਬਿਸਿਕਲੇਟੇ ਵੇਰੋ ਯਾਨੀ ਕਿ ਜਿਹੜਾ ਸਾਈਨ ਆ ਇਹ ਬਿਸਿਕਲੇਟੇ ਸਾਈਕਲ ਨੂੰ ਇਜਾਜ਼ਤ ਦਿੰਦਾ ਆਵਾਜਾਈ ਦੀ ਇਲ ਸੇਗਨਾਨ ਰਾਫਿਗੂਰਾਥੋ ਕੋਨਸੇਂਟੇ ਇਲ ਟ੍ਰਾਂਸਿਟੋ ਦੇ ਸਿਕਲੋਮੋਟੋਰੀ ਵੇਰੋ ਯਾਨੀ ਕਿ ਜਿਹੜਾ ਸਾਈਨ ਆ ਇਹ ਸਿਕਲੋਮੋਟੋਰੀ ਦੀ ਆਵਾਜਾਈ ਨੂੰ ਇਜਾਜ਼ਤ ਦਿੰਦਾ ਆ ਅਤੇ ਇਹ ਵੇਰੋ ਆ Il segnale raffigurato consente il transito di autovetture che trainano un carrello appendice. Vero? Yani che dire autovetture generano piccolo carrello appendice a o ethe transitare carsaina. Una nu ijazat hegi ethe avajahi di te vero a. Il segnale raffigurato vieta il transito di carretti a mano. Vero? Yani che dire carretti a mano hunde koi vi cheez dite tusi apne hath naal tak de pe ho ethe nahi aa sakdi. ਅਤੇ ਉਹਨਾਂ ਦੀ ਵੀ ਮਨਾਹੀ ਹੈ ਇੱਥੇ ਆਉਣ ਦੀ
Uno si vuole queste canghe, gira un idea falso. Il segnale raffigurato indica una strada riservata ai venditori ambulanti. Falso. E ci si spello, vedi che sì, venditori ambulanti di questa strada, nica. E c'è manahi a avvajai di cere chi veicola cere hattra alta che giandeo. Il segnale raffigurato vieta il transito dei veicoli a motore durante le ore di mercato. Falso. E c'è l'idea che c'è. E già sai che era che manahi a avvajai di cere veicoli a motore a una nu durante le ore di mercato. Yani che ostente. Giro mercato de che entro le bionde, gli anche giro mercato la dia, urwet ne ha sarete falso, si pello de che e cada saina. Ostevad il segnale raffigurato è un segnale di pericolo, falso, e hegek segnale di divieto. Ostevad il segnale raffigurato vale per tutti i veicoli durante le ore di mercato, falso, e te le cacate le saina e sarà il lagunda ore di mercato, invece. Te è falso. E ore di mercato non rilevato il coso, nega, e mercato non rilevato il sign, e scarcrive giusto tu se ti andrò. Ostovad, il segnale raffigurato vieta il transito di veicoli a trazione animale. Falso. Yankee della signa, o homonahi dere avajahidi, esse veicoli, dire che a trazione animale, è falso. Comunque, la signa si pelo decca. Il segnale raffigurato vieta il transito ad un motociclo. Anche se spinto a braccia. Falso. E c'è lì che dire che sai ne ho manahi dire avvajahi di motociclo. Je oho braccia e non che tu sia prima bambina al giorno ta che te pene. Te falso. A motociclo e te manahi nighi. Ora non ti già sa te ondi. Oggi di video non si è te yand karange. Video dekhali bahut bahut thank you. Grazie per la visione.